अपने चैनल करना सबसक्राइब बैल आइकान का बटन जरूर दबा लेना ताकि साड़ी हर आने वाली वीडियो जी तक आसानी पहुंच सके। वीडियो इस तरह जी बना लगे हैं वार है अज बुध 13 दिसंबर 12वां महीना 2023 जिला तहसील मंडी बहावलदीन मीर गोंदल साहब की वीडियो है। वीडियो का एड्रैस इस तरह शाहताज मिल शुगर मिल के नाल तकरीबन बिल्कुल जोड़मा ही इन्हों का डेरा है गोंदल साहब का। गोंदल साहब होना तकरीबन आए गावं 10 तो 11 गावं लैनिया ने बाकी गलबात ने जी डंगर की वह गोंदल साहब न कर लें। अस्सलाम वालेकुम जी। वालेकुम सलाम प्यारे भाई, की हाल चाल है? ठीक हो? ठीक ठाक शुक्र अल्लाह दा। तुसीं सुनाओ? अल्लाह पाक दी रहमत है, बिल्कुल ठीक ठाक अल्लाह दी रहमत। अज कितने जानवर लाने जे वीडियो ते? अज जनाब गावां लानियां ने 11 जी, ते बाकी और मेरे को मझां भी हैन भेड़ियां भी हैन। ठीक है जी, सारा माल है। ठीक है हाँ, तो जिस भरा पसंद आया इंशाल्लाह ताला जेड़ा को आवे भरा या जिसने जो जरूरत हो वीडियो व्हाट्सएप कर लांगे। ते पिछलियां जेड़ियां विकियां ने कौन दा पता है किथे किथे गईयां ने? जी पता है, दस दियो। दो गावां चाचू अरशद नो लाहौर तो उन्हां लईयां जी बलियां। ठीक है, इकट्ठा जोड़ा उन्हां लिया। ते दो गावां लै गए ने भाई अदनान बशीर नो ऐड जातला तो। ठीक है, ते एक गां इत्थे साडे नाल ही पिंड गई है जी एदल, ते एक बच्ची जिहड़ी है ओह सरगोधे गई है। ठीक है हां जी, ते अल्लाह दा शुक्र है सारियां गावां वी गईयां। ठीक है जी। लो जी मन्नू जिहड़े गोंदल साहब सलाम आए ने ना तुहाडे जी जी, इक ने बहुत प्यारे चाचू ने चौधरी अदर बाजार आलम कीमी इंग्लैंड यूके आलम कीम यूके जी, या उन्हां ने सलाम दिता है मी गोंदल साहब ने जिहड़ा सलाम देना मेरे। वालेकुम सलाम रहमतुल्लाह बरकात। भाई अजहर साहब बहुत शुक्रिया, बड़ी मेहरबानी इंशाल्लाह ताला। भाई जी ये तुहाडी मोहब्बत है प्यार है, मेरी तरफों भी तुहाना अस्सलाम वालेकुम, बड़ी मेहरबानी भाई जान। ਉਹਨਾਂ ਦੇ ਨਾਲ ਹੀ ਮੀਆਂ ਨਵੀਦ ਸਾਹਿਬ ਨੇ ਸ਼ਾਇਦ ਤੁਸੀਂ ਅੱਗੇ ਵੀ ਉਹਨਾਂ ਦਾ ਨਾਮ ਸੁਣਿਆ। ਮੀਆਂ ਨਵੀਦ ਆਲਮ ਕੀਮ ਯੂਕੇ ਪਿੰਡ ਕਰਨਾਣਾ ਜਾ ਜਾ, ਮਾਲ ਡੰਗਰ ਦਾ ਬੜਾ ਸ਼ੌਕ ਰੱਖਦੇ ਨੇ ਉਹ ਬੜੇ ਮੇਰੇ ਮੋਹਤਰਮ ਨੂੰ, ਬੜੀ ਮਿਹਰਬਾਨੀ ਮੀਆਂ ਨਵੀਦ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਜਜ਼ਾਕ ਅੱਲਾ ਖੈਰ ਜੀ, ਮੇਰੀ ਤਰਫੋਂ ਵੀ ਤੁਹਾਨੂੰ ਅਸਲਾਮ ਅਲੈਕੁਮ ਜੀ। ਔਰ ਚੌਧਰੀ ਫਰੂਕ ਆਲਮ ਕੀਮ ਸਪੇਨ ਉਹਨਾਂ ਦੀ ਪੂਰੀ ਟੀਮ ਦੀ ਤਰਫੋਂ ਸਲਾਮ ਹੈ। ਚੌਧਰੀ ਫਾਰੂਕ ਸਾਹਿਬ ਵਾਲੇਕੁਮ ਸਲਾਮ, ਬੜੀ ਮਿਹਰਬਾਨੀ, ਬੜੀ ਤੁਸੀਂ ਪਿਆਰ ਮੁਹੱਬਤ ਦਿੱਤੀ ਹੈ, ਬਹੁਤ ਬਹੁਤ ਸ਼ੁਕਰੀਆ। ਤੇ ਬਾਕੀ ਜਨਾਬ ਮੈਂ ਸਾਰੇ ਭਾਈਆਂ ਨੂੰ ਜਿਨ੍ਹਾਂ ਮੇਰੀ ਵੀਡੀਓ ਵੇਖੀ ਏ, ਜਿਨ੍ਹਾਂ ਮੈਨੂੰ ਇਤਨੀ ਮੁਹੱਬਤ ਦਿੱਤੀ ਏ, ਇਤਨਾ ਪਿਆਰ ਦਿੱਤਾ, ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ, ਇਤਨਾ ਪਿਆਰ ਇਸ ਵੀਡੀਓ ਹੀ ਲੱਭਿਆ ਜੀ। ਔਰ ਮੇਰੇ ਆਪਣੇ ਚਾਚੂ ਨੇ ਚੌਧਰੀ ਅਮਜਦ ਆਲਮ ਕੀਮ ਸਪੇਨ ਉਹਨਾਂ ਦਾ ਵੀ ਸਲਾਮ ਹੈ, ਉਹਨਾਂ ਦਾ ਬੇਟਾ ਨਾਲ ਚੌਧਰੀ ਦਾਊਦ ਜੀ ਉਹਨਾਂ ਦਾ ਵੀ ਸਲਾਮ ਹੈ। ਵਾਲੇਕੁਮ ਸਲਾਮ ਭਾਈ ਅਮਜਦ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਚੌਧਰੀ ਦਾਊਦ ਸਾਹਿਬ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਕਮਾਲ ਮਿਹਰਬਾਨੀ, ਕਮਾਲ ਮੁਹੱਬਤ ਜਨਾਬ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਮੇਰੇ ਭਰਾ ਜਿਤਨੇ ਵੀ ਵੀਡੀਓ ਵੇਖਦੇ ਨੇ ਔਰ ਜਿਨ੍ਹਾਂ ਮੇਰੇ ਭਾਈਆਂ ਵੀਡੀਓ ਵੇਖੀ ਏ, ਸ਼ੇਅਰ ਕੀਤੀ ਏ, ਜਾਨਵਰ ਲੈਣ, ਮੈਂ ਸਾਰਿਆਂ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ। ਤੇ ਬਿਲਖਸੂਸ ਜਨਾਬ ਚੌਧਰੀ ਤਹਿਰ ਮਹਿਮੂਦ ਆ ਫੂਲਾ ਮੇਰੇ ਵੱਡੇ ਭਾਈ, ਭਾਈ ਜਾਨ ਬੜੀ ਮਿਹਰਬਾਨੀ, ਉਹਨਾਂ ਬਲਾਲ ਨੂੰ ਵੀ ਸ਼ਾਬਾਸ਼ ਦਿੱਤੀ ਏ ਔਰ ਸਾਰੀ ਟੀਮ ਨੂੰ ਵੀ ਸ਼ਾਬਾਸ਼ ਦਿੱਤੀ, ਬਹੁਤ ਸ਼ੁਕਰੀਆ ਚੌਧਰੀ ਤਹਿਰ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਕਰੀਏ ਸ਼ੁਰੂ ਵੀਡੀਓ ਜੀ, ਬਿਸਮਿਲ੍ਲਾ ਕਰੋ ਸ਼ੁਰੂ। ਲਿਆਓ ਜੀ ਗਾਂ ਨੰਬਰ 1। ਲੋ ਜੀ ਗੋਂਦਲ ਸਾਹਿਬ ਗਾਂ ਨੰਬਰ ਆ ਗਈ 1, ਕੀ ਨਸਲ ਇਸ ਗਾਂ ਦੀ? ਇਹ ਜਨਾਬ ਜਰਸੀ ਤੇ ਫਰੀਜ਼ੀਅਨ ਗਾਂ ਹੈ, ਜਰਸੀ ਤੇ ਫਰੀਜ਼ੀਅਨ ਦਾ ਕ੍ਰਾਸ ਹੈ, ਜਰਸੀ ਤੇ ਫਰੀਜ਼ੀਅਨ ਦਾ ਕ੍ਰਾਸ ਹੈ। ਠੀਕ ਹੈ, ਤੇ ਕੱਲ ਸ਼ਾਮ ਦੀ ਗਾਂ ਸੂਈ ਹੈ ਬਲਾਲ ਅਜ਼ਮਤ ਜੀ, ਤੂੰ ਛੋਟਾ ਭਰਾ ਹੈ, ਤੇਰੀ ਵੀਡੀਓ ਵਾਸਤੇ ਮੈਂ ਰੇਟ ਵੀ ਜਾਇਜ਼ ਲਾਣੇ ਤੇ ਪਿਆਰ, ਮੇਰੀ ਗਾਂ ਸੁਬਾ ਦੀ ਚੋਈ ਹੈ। ਜ਼ਿੰਦਾਬਾਦ ਗੋਂਦਲ ਸਾਹਿਬ, ਕੀ ਬਾਤ ਹੈ, ਨੈਚੁਰਲ ਵੀਡੀਓ ਵੀ ਸੈਂਡ ਕਰਨ ਨੂੰ ਤਿਆਰ ਆ ਇਨਸ਼ਾਅੱਲਾ ਤਾਲਾ। ਜੀ ਠੀਕ ਹੈ, ਮਾਸ਼ਾਅੱਲਾ ਕੀ ਬਾਤ ਹੈ ਗੋਂਦਲ ਸਾਹਿਬ, ਜ਼ਿੰਦਾਬਾਦ। ਮਗਰ ਕੀ ਦੂ? ਮਗਰ ਵੱਛਾ, ਮਗਰ ਵੱਛਾ, ਹਾਂਜੀ ਠੀਕ ਹੈ। ਤੇ ਵੱਛੇ ਦੀ ਕੀ ਨਸਲ ਹੈ? ਗਾਂ ਵੀਡੀਓ ਚ ਲਾਣੀ ਵੀ ਕੋਨੀ ਸੀ, ਠੀਕ ਹੈ, ਮੈਂ ਕਿਹਾ ਕਿ ਬਲਾਲ ਦੀ ਵੀਡੀਓ ਚਲਣੀ ਚਾਹੀਦੀ ਹੈ। ਗਾਵਾਂ ਮੇਰੀਆਂ ਕੱਲ ਸਾਰੀਆਂ ਈਸ਼ਾ ਟਾਈਮ ਆਈਆਂ ਨੇ, ਮੇਰੇ ਕੋਲ ਕਾਫੀ ਦੋਸਤ ਹੈ, ਮੇਰਾ ਅੱਗੇ ਮਾਲ ਸਾਰਾ ਜਿਹੜਾ ਵੀਡੀਓ ਤੇ ਲੱਗਿਆ ਉਹ ਵੀ ਸੇਲ ਹੋ ਗਿਆ, ਤੇ ਗੱਡੀ ਹੋਰ ਵੀ ਸੀ ਉਹ ਵੀ ਸੇਲ ਹੋ ਗਈ। ਜ਼ਿੰਦਾਬਾਦ ਗੋਂਦਲ ਸਾਹਿਬ, ਮਾਸ਼ਾਅੱਲਾ ਕੀ ਬਾਤ ਹੈ। ਤੇ ਗਾਂ ਭਰਾਵਾਂ ਘੁੱਟ ਕੇ ਵੇਖਣੀ, ਘੁੱਟ ਕੇ ਵੇਖ ਲੈਣੀ ਹੈ ਗਾਂ ਦਾ ਪ੍ਰਿੰਟ, ਗਾਂ ਦਾ ਲਿਬਾਸ, ਗਾਂ ਦਾ ਥਣ,
ਭਰਾਵਾਂ ਨੇ ਕੁੱਟ ਕੇ ਵੇਖ ਲੈਣਾ ਗਾਂ ਦੀ ਨਸਲ ਸਾਰੀ ਭਰਾਵਾਂ ਨੇ ਪਰਖ ਕਰ ਲੈਣੀ ਗਾਂ ਦੀ ਤੇ ਇਹਦੇ ਥੱਲੇ ਆਦਰ ਮੌਕਿਆ ਕਿਤਨਾ ਕੁਝ ਬੋਲਾ ਜਿਹੜਾ ਚੋ ਲੈਂਦੇ ਹੋ ਬਾਈ ਜਾਨ ਪਹਿਲੀ ਚੁਆਈ ਜਿਹੜੀ ਕੀਤੀ ਹੈ ਨਾ ਉਹ ਤਕਰੀਬਨ 18-19 ਕਿਲੋ ਆਈ 18-19 ਕਿਲੋ ਆਈ ਜਿਹੜੀ 19 ਕਿਲੋ ਆਰਾਮ ਨਾਲ ਆਈ ਗਾਂ ਵਗਦੀ ਆਈ ਪਈ ਮਾਸ਼ਾਅੱਲਾ ਜੀ ਦੂਜੀ ਚੁਆਈ ਕੀਤੀ ਹੈ ਨਾ ਇਹ ਉਹ ਵੀ 5-6 ਕਿਲੋ ਵੀ ਆਈ ਠੀਕ ਹੋ ਗਿਆ ਆ ਅੱਲਾ ਦਾ ਹੁਕਮ ਰਿਹਾ 20 ਪਲੱਸ ਗਾਂ ਹੋਵੇ ਦੀ ਬੰਦੇ 20 ਪਲੱਸ ਆਪ ਦਿਨ 20 ਪਲੱਸ ਇਹ ਹੋਵੇ ਦੀ ਇਨਸ਼ਾਅੱਲਾ 20 ਪਲੱਸ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਹਾਂ ਜੀ ਗੋਂਦਲ ਸਾਹਿਬ 35-35 ਸ਼ੇਰ ਦੇਣੀਆਂ ਨੇ ਜੀ ਲੇਕਿਨ ਮੈਂ 35-40 ਨਹੀਂ ਆਂਦਾ ਮੇਰੀ ਅੱਲਾ ਦੇ ਹੁਕਮ ਨਬੀਆਂ ਤੋਂ ਬਾਅਦ ਦੁੱਧ ਦਿੱਤਾ ਤੇ ਮੈਨੂੰ ਦੁਆ ਅਰੇ ਬੋਤਾ ਨਹੀਂ ਆਦੇ 20-25 ਤੈਨੂੰ ਕੁੱਖ ਵੀ ਨਹੀਂ ਕਹਿੰਦਾ ਨਹੀਂ ਰੌਲਾ ਹੀ ਕੋਈ ਨਹੀਂ ਜਾ ਹਾਂ ਜੀ ਗੋਂਦਲ ਸਾਹਿਬ ਗਾਂ ਬਰੀਕ ਦੀ ਗੱਲ ਸੁਣਾ ਹਾਂ ਕਿੰਨੇ ਦੀ ਦੇ ਦਰਨੀ ਹੈ ਗਾਂ ਬਰੀਕ ਬਾਈ ਜਾਨ ਜਿਸ ਬ੍ਰਾਂਡ ਪਸੰਦ ਆਈ ਨਾ ਜੀ ਗਾਂ ਮੇਰੀ 7 ਲੱਖ ਰੁਪਏ ਦੀ ਠੀਕ ਹੈ ਲੰਮੀਆਂ ਗੱਲਾਂ ਜਾਂ ਲੰਮੇ ਕੰਮਾਂ ਦਾ ਫਾਇਦਾ ਕੋ ਨਹੀਂ ਜੀ ਜਿਹੜੇ ਬ੍ਰਾਂਡ ਪਸੰਦ ਆਈ ਨਾ ਅੱਛਾ 4,85,000 ਦੀ 4,85,000 ਦੀ ਜ਼ਿੰਦਾਬਾਦ ਗੋਂਦਲ ਸਾਹਿਬ ਕੀ ਬਾਤ ਵੀ ਕਿਸੇ ਲੈ ਲਓ ਜੀ ਭਰਾਵਾਂ ਨੇ ਗਾਵਾਂ ਵੀ ਵੇਖ ਲੈਣੀਆਂ ਨੇ ਰੇਟ ਵੀ ਵੇਖ ਲੈਣੇ ਨੇ ਲਿਆਓ ਜੀ ਗਾਂ ਨੰਬਰ 2 ਅੱਲਾ ਦਾ ਹੁਕਮ ਰਿਹਾ ਤੇ ਇਨਸ਼ਾਅੱਲਾ ਸਵਾਦ ਆਵੇਦਾ ਇਨਸ਼ਾਅੱਲਾ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਲਓ ਜੀ ਗੋਂਦਲ ਖੜ ਦੇ ਕੇ ਭਾਈ ਨੇ ਗਾਵਾਂ ਲਾਈਆਂ ਨੇ ਗਾਂ ਨੰਬਰ ਆ ਗਈ 2 ਕੀ ਨਸਲ ਹੈ ਗਾਂ ਨੰਬਰ 2 ਦੀ ਭਾਈ ਜਾਨ ਇਹ ਵੀ ਜਰਸੀ ਤੇ ਫਰੀਜ਼ੀਆਂ ਨੇ ਠੀਕ ਹੈ ਜਰਸੀ ਤੇ ਫਰੀਜ਼ੀਆਂ ਦਾ ਕ੍ਰਾਸ ਹੈ ਜਰਸੀ ਤੇ ਫਰੀਜ਼ੀਆਂ ਦਾ ਕ੍ਰਾਸ ਹੈ ਤੇ ਬਹੁਤ ਅੱਛੀ ਗਾਏ ਮਾਸ਼ਾਅੱਲਾ ਜੀ ਕੀ ਬਾਤ ਹੈ ਗੋਂਦਲ ਸਾਹਿਬ ਜ਼ਿੰਦਾਬਾਦ ਮਗਰ ਕੀ ਦੂ ਵੱਛਾ ਦੂ ਵੱਛਾ ਮਗਰ ਵੱਛਾ ਪਰਸੋਂ ਦੀ ਸੂਈ ਹੋ ਜਾ ਬੱਚਾ ਜੀ ਕੀ ਨਸਲ ਹੈ ਘੁੱਟ ਕੇ ਵੇਖਣੀ ਹੈ ਘੁੱਟ ਕੇ ਵੇਖ ਲੈਣੀ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਤਾਲਾ ਸਵਾਦ ਆਵੇ ਦਾ ਬਲਾ ਇਨਸ਼ਾਅੱਲਾ ਗੋਂਦਲ ਸਾਹਿਬ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਜੀ ਮਾਸ਼ਾਅੱਲਾ ਜੀ ਗਾਂ ਦਾ ਰੰਗ ਥਣ ਸੋਹਣਾ ਲਿਬਾਸ ਸੋਹਣਾ ਕੀ ਬਾਤ ਹੈ ਗੋਂਦਲ ਸਾਹਿਬ ਜ਼ਿੰਦਾਬਾਦ ਮਾਸ਼ਾਅੱਲਾ ਗਾਂ ਹੀ ਬਹੁਤ ਅੱਛੀ ਹੈ ਜੀ ਗਾਂ ਹੀ ਬਹੁਤ ਕਿਤਨਾ ਕੋ ਬੋਲਾ ਜਿਹੜਾ ਇਸ ਟਾਈਮ ਹਾਜ਼ਰ ਮੁਕਿਆ ਚੋ ਲੈਂਦੇ ਉਸ ਗਾਂ ਥਲੇ ਜਾਨ ਇਸ ਟਾਈਮ ਵੀ 20 ਤੋਂ ਪਲੱਸ ਹੈ 20 ਤੋਂ ਪਲੱਸ ਇਸ ਟਾਈਮ ਵੀ ਅੱਲਾ ਦੇ ਹੁਕਮ ਨਾਲ ਜ਼ਿੰਦਾਬਾਦ ਜੀ ਚੁਆਈਆਂ ਕਰੀ ਦੀਆਂ ਅੱਲਾ ਦੇ ਹੁਕਮ ਨਾਲ 20 ਤੋਂ ਇਸ ਟਾਈਮ ਵੀ ਪਲੱਸ ਸੂਆ ਦੂਸਰਾ ਲਾਇਆ ਤੂੰ ਪਹਿਲਾ ਦੂਸਰਾ ਜ਼ਿੰਦਾਬਾਦ ਥਾਣ ਜੀ ਭਰਾਵਾਂ ਨੇ ਵੇਖ ਲੈਣਾ ਪਾਵਰਫੁਲ ਪਾਵਰਫੁਲ ਸੋਹਣਾ ਮੋਠ ਮੋਠ ਮਾਸ਼ਾਅੱਲਾ ਜੀ ਵੱਡੀ ਕਿਹੜੀ ਪਾਵਰ ਤੇ ਕਾਲਾ ਥਾਣ ਮਾਸ਼ਾਅੱਲਾ ਜੀ ਸੂਰਤੀ ਮਣ ਭਰਾਵਾਂ ਦੇ ਸਾਹਮਣੇ ਭਰਾਵਾਂ ਦੇ ਸਾਹਮਣੇ ਕੀ ਬਾਤ ਹੈ ਗੋਂਦਲ ਸਾਹਿਬ ਜ਼ਿੰਦਾਬਾਦ ਅੱਜ ਸ਼ੋਅ ਕਰਾ ਕੇ ਦੱਸ ਦੇ ਰਿਹਾ ਜੇ ਇੰਜ ਦਾ ਸ਼ੋਅ ਕਰਾਈਦਾ ਅੱਲਾ ਦੇ ਹੁਕਮ ਨਾਲ ਸੋਹਣੀਆਂ ਤੇ ਸੁਥਰੀਆਂ ਤੇ ਬਰੀਕ ਪਸ਼ਮ ਦੀਆਂ ਗਾਵਾਂ ਬਰੀਕ ਸੋਹਣੀਆਂ ਹਾਂ ਜੀ ਗੋਂਦਲ ਸਾਹਿਬ ਗਾਂ ਨੰਬਰ 2 ਦੀ ਗੱਲ ਸੁਣਾ ਹਾਂ ਭਾਈ ਜਾਨ ਜੀ ਮੈਂ ਵੇਖਿਆ ਮੁੱਲ ਵੀ ਵੇਨੇ ਆ ਅਸੀਂ ਵੀ ਮੁਣ ਮਾਲ ਖਰੀਦ ਕੇ ਲਿਆਉਂਦੇ ਆ ਜੁਮਾ ਕਿਆ ਲੰਮੀ ਗੱਲ ਕੋ ਨਹੀਂ ਇਹ ਜਿਹੜੀ ਗਾਂ ਪਸੰਦ ਆਈ ਨਾ ਕਿਸੇ ਭਰਾਓ ਠੀਕ ਹੈ ਇਹ 385 ਦੀ 385,000 ਦੀ ਜ਼ਿੰਦਾਬਾਦ ਜੀ ਗੋਂਦਲ ਸਾਹਿਬ ਕੀ ਬਾਤ ਹੈ 385,000 ਲਿਆਓ ਜੀ ਗਾਂ ਨੰਬਰ 3 ਲਿਆਓ ਗਾਂ ਨੰਬਰ 3 ਆ ਗਈ ਜੀ ਭਰਾਵਾਂ ਨੇ ਗਾਂ ਨੰਬਰ 3 ਘੁੱਟ ਕੇ ਵੇਖ ਲੈਣੀ ਹੈ ਮਾਸ਼ਾਅੱਲਾ ਜੀ ਕਿਆ ਬਾਤ ਹੈ ਗਾਂ ਨੰਬਰ ਆ ਗਈ 3 ਹਾਂਜੀ ਗੋਂਦਲ ਸਾਹਿਬ ਇਸ ਗਾਂ ਦੀ ਕੀ ਨਸਲ ਹੈ ਗਾਂ ਨੰਬਰ 3 ਦੀ ਬਾਈ ਜਾਨ ਜਰਸੀ ਤੇ ਫਰੀਜ਼ੀਅਨ ਗਾਂ ਹੈ ਠੀਕ ਹੈ ਜਰਸੀ ਤੇ ਫਰੀਜ਼ੀਅਨ ਦਾ ਕ੍ਰਾਸ ਹੈ ਜਰਸੀ ਤੇ ਫਰੀਜ਼ੀਅਨ ਦਾ ਕ੍ਰਾਸ ਹੈ ਮਾਸ਼ਾਅੱਲਾ ਜੀ ਕਿਆ ਬਾਤ ਹੈ ਜ਼ਰਾ ਥਣ ਵੇਖਣਾ ਗਾਂ ਦਾ ਥਣ ਕੀ ਹੈ ਥਣ ਵੇਖਣਾ ਫਿਰ ਲਿਬਾਸ ਵੇਖਣਾ ਅਗਾਂ ਤੇ ਪਿਛਾਂ ਮਾਸ਼ਾਅੱਲਾ ਜੀ ਕਿਆ ਬਾਤ ਹੈ ਗੋਂਦਲ ਸਾਹਿਬ ਜ਼ਿੰਦਾਬਾਦ ਥਣ ਸੋਹਣਾ ਲਾਈਆਂ ਸੱਲਾ ਦੇ ਹੁਕਮ ਨਾਲ ਕੇ ਮੋਠ ਮੋਠ ਤੇ ਕਾਲਾ ਤੇ ਸੋਹਣਾ ਥਣ ਅੱਲਾ ਦੇ ਮਾਸ਼ਾਅੱਲਾ ਜੀ ਮਗਰ ਕੀ ਦੂ ਮਗਰ ਵੱਛੀ ਮਗਰ ਵੱਛੀ ਕੈਮਰਾ ਮਾਰਨਾ ਬਲਾਲ ਮਾਸ਼ਾਅੱਲਾ ਜੀ ਵੱਛੀ ਦੀ ਕੀ ਨਸਲ ਹੈ ਤੇ ਕੱਲ ਸੂਬਾ ਦੀ ਸੂਈ ਹੈ ਜਰਸੀ ਫਰੀਜ਼ੀਅਨ ਵੱਛੀ ਹੈ ਗਾਂ ਦੇ ਮੁੱਲ ਦੀ ਤੇ ਵੱਛੀ ਹੈ ਮਾਸ਼ਾਅੱਲਾ ਜੀ ਕੀ ਬਾਤ ਹੈ ਗੋਂਦਲ ਸਾਹਿਬ ਜ਼ਿੰਦਾਬਾਦ ਤੇ ਕਿਤਨਾ ਕੋ ਬੋਲਾ ਦੇ ਇਸ ਟਾਈਮ ਜਿਹੜਾ ਚੋ ਲੈਂਦੇ ਇਸ ਥਲੇ ਅੱਲਾ ਦੇ ਹੁਕਮ ਨਾਲ ਨਾ ਇਹ ਗਾਂ 5+ ਦੁੱਧ ਕਰੇਗੀ ਠੀਕ ਹੈ 5+ 5+ ਹੁਣ ਕਿਤਨਾ ਕੋਈ ਦੂ ਇਸ ਟਾਈਮ ਵੀ ਜਿਹੜਾ ਅਸੀਂ ਕੱਲ ਚੁਆਈ ਕੀਤੀ ਨਾ ਸੂਬਾ ਜੀ ਉਹ ਤਕਰੀਬਨ ਪਹਿਲਾ ਬੋਲੇ ਵਿੱਚ 17-18 ਕਿਲੋ ਆਈ ਠੀਕ ਹੈ ਫਿਰ ਕੀਤੀ ਹੈ ਦੋ ਚੁਆਈਆਂ ਸੈਸ ਗਾਣੀਆਂ ਕੀਤੀਆਂ ਠੀਕ ਹੋ ਗਿਆ ਹਾਂਜੀ ਅੱਲਾ ਦੇ ਹੁਕਮ ਮਾਸ਼ਾਅੱਲਾ ਜੀ ਦਾਵੇ ਦਾ ਜੇ ਇਸ ਭਰਾ ਗਾਂ ਲਈਏ ਇਨਸ਼ਾਅੱਲਾ ਜੀ ਅੱਲਾ ਦੇ ਹੁਕਮ ਨਾਲ ਹਾਂਜੀ ਗੋਂਦਲ ਸਾਹਿਬ ਇਸ ਗਾਂ ਦਾ ਕੀ ਮੁੱਲ ਹੈ ਬਾਈ ਜੀ ਮੁੱਲ ਤੇ ਮੁੜ ਜਿਵੇਂ ਬੰਦੇ ਮੰਗਦੇ ਜੇ ਨਾ ਜੀ 6.5-7 ਠੀਕ ਹੈ ਉਹ ਮੁੱਲ ਕੋ ਨਹੀਂ ਕਰਨੇ ਜੀ ਤੇ ਭਰਾਵਾਂ ਵਾਸਤੇ ਨਾ ਗਿਫਟ ਹੈ ਠੀਕ ਹੈ ਅੱਲਾ ਦੇ ਹੁਕਮ ਨਾਲ ਤੇ ਜਿਸ ਭਰਾਨ ਪਸੰਦ ਆਈ ਨਾ ਜੀ ਲੰਮਾ ਮੁੱਲ ਕੋ ਨਹੀਂ 4,35,000 ਦੀ ਗਾਂ ਦੇ 4,35,000 ਦੀ ਗਾਂ ਨੰਬਰ 3 ਦੇ ਦਰਨੀ ਹੈ ਜ਼ਿੰਦਾਬਾਦ ਜੀ ਗੋਂਦਲ ਸਾਹਿਬ ਕੀ ਬਾਤ ਹੈ ਮੁੱਲ ਵੀ ਭਰਾਵਾਂ ਵੇਖ ਲੈਣੇ ਨੇ ਗਾਵਾਂ ਵੀ ਵੇਖ ਲੈਣੀਆਂ ਨੇ ਮਾਸ਼ਾਅੱਲਾ ਜੀ ਕਿਆ ਬਾਤ ਹੈ ਗੋਂਦਲ ਸਾਹਿਬ ਲਿਆਓ ਜੀ ਗਾਂ ਨੰਬਰ 4 ਅੱਲਾ ਦਾ ਹੁਕਮ ਰਿਹਾ ਨਾ ਬਲਾਲ ਅਜ਼ਮਤ ਜੀ ਤੂੰ ਛੋਟਾ ਭਾਈ ਹੈ ਬਰਾਤ ਸਣ ਕੇ ਪਾ ਰਿਹਾ ਉਹ ਗਾਵਾਂ ਲਾਈਆਂ ਇਨਸ਼ਾਅੱਲਾ ਜੀ ਅੱਲਾ ਦੇ ਹੁਕਮ ਨਾਲ ਤੇ ਮਜ਼ਾ ਵੀ ਆਵੇ ਦਾ ਗਾਵਾਂ ਇਨਸ਼ਾਅੱਲਾ
दूसरा सवाल लाए आज फेस बखाए ना माशाल्लाह जी क्या बात है जिंदाबाद गोंदल साहब क्या बात है मगर की दू मगर क्या बात है गोंदल साहब थन वेखना है फिर लबास वेखना है अपने नाल वड्डा लबास है गा थले माशाल्लाह दे हुक्म नाल क्या बात है ए कच्चे दे इलाके दियां गाई ने अल्लाह दे हुक्म नाल जिस भराऊ सांबियां ना ये याद भी करेगा इंशाल्लाह जी अल्लाह दे हुक्म नाल कितना कितना दूध है इस टाइम जेड़ा इस गा थले चो लंदे हो भाई जान इस टाइम भी 20 प्लस है इस टाइम भी 20 प्लस है अल्लाह दे हुक्म नाल जिस भरा दा दिल करे ना ये ओ आके तसल्लियां पिया करे इंशाल्लाह जी अल्लाह दे हुक्म नाल ते जेड़े भरा वीडियो देख के गावा लेंदे ना हां जी दूध बार मजार दूध दा दूध देख जरा गा माशाल्लाह जी क्या बात नी चिट्टा जी चिट्टा बंदे आंदे ना चिट्टे गा वाली दूध ले या चिट्टे माशाल्लाह चवाई फिर देखो ओ चिट्टे दूध वाली गां है माशाल्लाह हां जी गोंदल साहब गां नंबर 4 दी गल सुना हां भाई जान ये आठ बात है ये जेड़े ब्राउन पसंद आई ना ठीक है 375 दी 375 दा आदी जिंदाबाद गोंदल साहब क्या बात है माशाल्लाह लो जी मैं बार बार आना पर रेट ने जेड़े गोंदल साहब दे ओ भरावां ने वेख लेने ने ते माल भी जेड़ा ओ भी वेख ले हुकम नाल ही हो जियां गावां दे रेट लगदे ने भरा रोजाना वीडियो वेखदे ने रोजाना गावां लैंदे ने रोजाना लैंदे ने मेरी अल्लाह दे हुकम नाल किसे बंदे नाल ना को मुकाबला है मेरे सारे भरा ने जा जा इंशाल्लाह ताला स्वाद आवेदा गाय वेख्या ते मैं इंशाल्लाह ताला ऑनलाइन गाय देनिया ने जिस भरा दा दिल करे उथे बह के पिया लवे ते इंशाल्लाह घर गया फर्क है मैं जिम्मेदार ठीक है लियाओ जी गां नंबर 4 लियाओ 5 गां नंबर 5 आ गई 5 4 हाजरी है गां नंबर 5 आ गई हां जी गोंदल साहब गां नंबर 5 दी की नस्ल है भाई जान चोलस्तानी ते फ्रीजियन वैड़ी है चोलस्तानी ते फ्रीजियन दा क्रॉस है माशाल्लाह जी क्या बात है चौगी वैड़ी है पहलने ते चौगी है मुंह विचू जी माशाल्लाह जी मगर की दू मगर वच्छी मगर भी वच्छी वच्छी दी की नस्ल है वच्छी दी की नस्ल है भाई जान थल्ले वच्छी है चोलस्तानी ते फ्रीजियन वच्छी भी चोलस्तानी फ्रीजियन ते आप भी चोलस्तानी ते फ्रीजियन अल्लाह दे हुक्म नाल माशाल्लाह जी ठंड ते तबीयत खुश कर छड़ी दी माशाल्लाह जी इस गां दा प्रिंट है ना जेड़ा मेरी गां सुबह दी चोई ना आवे मैं नेचुरल वीडियो को मंगा लवे कल दी वीडियो दे आंदा ते ना दो वारी बाली होवे जी थले माशाल्लाह जी क्या बात आग छड़ दे ना ये गावां डक्कियां कोई नहीं ठीक है माशाल्लाह जी क्या बात है गोंदल साहब जिंदाबाद माशाल्लाह थन सोना गां दा मुठ मुठ फिर जिंदाबाद गोंदल साहब हां जी एदे थले दूध कितना दस्या जी अल्लाह दा हुक्म रिया ना जी 20 प्लस होवे जी ए भी 20 प्लस होवे जी 20 प्लस होवे जी आदर मौका किन्ना कोई दू इस टाइम भी 16-17 किलो ते है सु इस टाइम भी 16-17 सिर है दू आदर मौका चुवाई बड़ी है ते मुण मेरी किसे गाय ने वंगा नहीं लाना वंगा नहीं लाना खुले वंगे लोड ही नहीं वंगिया दी ना जिंदाबाद गोंदल साहब क्या बात है हां जी गोंदल साहब गा नंबर कद पहलन बच्ची दा कद फिर शक्ल थन थना ते मारे ना जरा कैमरा थन सोना लिबास सोना क्या बात है माशाल्लाह जी मुड़ पूरा ना ते मेरे सोने अल्लाह दा सोने अल्लाह दा हां जी हां जी गोंदल साहब गा नंबर 5 दी गल सुना किन्ने दी दे देरनी है वेखे ना माशाल्लाह जी क्या बात है बच्चियां जे चुगदियां फिरदियां जा जी चुगदियां फिरदियां ने जी माशाल्लाह जी हां जी गोंदल साहब गल सुनाओ इस गां दी भाई जान लम्मा मोल कोनी जी जिस मेरे किसे ने भरा ने पसंद आई ना अच्छा जा 395 दी 395 हजार दी जिंदाबाद गोंदल साहब क्या बात है 395 हजार दी आज जी इंशाल्लाह ना बराग सुन के गोंदल स्वाद कीता इंशाल्लाह जी अल्लाह दे हुक्म नाल लियाओ जी गां नंबर 6 गां नंबर 6 भी भरावां ने वेख लेनी है जी गां दी नस्ल गां दा कद लिबास थन माशाल्लाह जी क्या बात है फ्रीजियन नस्ल दू चोलस्तानी दे फ्रीजियन माशाल्लाह जी क्या बात है गोंदल साहब जिंदाबाद नस्ल चोलस्तानी दे फ्रीजियन थन सोना लिबास सोना माशाल्लाह जी थन काला ते कट आला डर कट आला डर माशाल्लाह जी क्या बात है माशाल्लाह जी शाह काला सोना ते मोठ मोठ कद फिर लिबास जिंदाबाद गोंदल साहब क्या बात है माशाल्लाह हां जी गोंदल साहब कितना दूध है टाइम इस गां थले
भाई जान इस टाइम गाय को दुध 17-18 किलो इस टाइम 17-18 किलो है तू अल्लाह का हुक्म रहा 20 प्लस दुध करे दी ये ते गाइयां सारियां दे लाए कौन दे ठीक है चुवा अल्लाह का हुक्म रहा इंज है ना बच्चे बह के पचो माशाल्लाह जी क्या बात है जी कितना कोई तू चुवा जेड़ा चो लंदे इस टाइम 17-18 किलो 17-18 किलो पक्का इस टाइम है तू फेस देखे ना गाय माशाल्लाह जी क्या बात है सूरती गां दी देख जरा माशाल्लाह जी माशाल्लाह क्या बात है कद साहू सील बड़ी कद फिर चंगा लिबास सोना थन सोना उठा फिर चंगा माशाल्लाह जी क्या बात हां जी गोंदल साहब गां नंबर 6 ना जिवें मज्जी दे हुंदे ने हां जी गोंदल साहब गल सुनाओ इस गां दी 6 नंबर दी भाई जान जी मुल ते दिल करदा इस रेड़ी दा मैं ना कुछ 4.5 मंगा ठीक है लेकिन 4.5 भी नहीं लाना 5 भी नहीं लाना अच्छा जेड़े ब्राउन पसंद आई ना जी जेड़े ब्राउन पसंद आई जी फाइनल और फाइनल ना जी ए 4,25,000 दी 4,25,000 दी गां नंबर 6 जेड़ी 4,25,000 4,25,000 जिंदाबाद गोंदल साहब माशाल्लाह जी क्या बात है लियाओ जी गां नंबर हीरो गां ये हीरो गां माशाल्लाह जी गोटे दी कुजी लियाओ जी गां नंबर 7 लो जी गावां 6 जेड़ियां ने भरावां वेख लियां ने ते 6वें एक बारी फिर इकट्ठियां करके वहाण लगे आं जान ये मेरी ख्वाहिश है बस 6-6 ना 5-5 6-6 इकट्ठियां नहीं गावां टुरन ठीक है एक और गल है जी जेड़ा बंदा 5 या 6 गावां लवे ना ठीक है 5 या 6 गावां ये अल्लाह दे हुक्म नाल गोंदल दी तरफ होना एक बच्ची फ्री ते जेड़ा बंदा 6 गाने लवे उन्हें एक बच्ची मेरी तरफों गिफ्ट ठीक है जिंदाबाद बोल जेड़ा बंदा 2 गावां लवे पंजाब दी पूरे पंजाब दी डिलीवरी फ्री 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 जिंदाबाद गोंदल साहब क्या मर्जी सो ले लवे माशाल्लाह जी क्या बात है गोंदल करी ना इंशाल्लाह ताला स्वाद आवेगा सारियां गाय दे कैमरा मारे इंशाल्लाह जी अल्लाह दे हुक्म नाल ए मैं भरावां ने इस तो वखाना ना कई बंदे आंदे ने सा 5 कठियां लेनियां 4 कठियां लेनियां 6 ये अल्लाह दे हुक्म नाल गोंदल दी तरफों ना जर्सी फ्रीजियन बच्ची गिफ्ट माशाल्लाह जी बच्चियां दे भी कर कैमरा मार देने या किसी भी भरा नु बच्ची जेड़ी पसंद आई देन दे ना गिफ्ट अल्लाह दे हुक्म नाल देना गिफ्ट फिर बंदा चंगी देंदा गलत नहीं ना देंदा इंशाल्लाह जिंदाबाद गोंदल साहब जेड़ा जोड़ा लवे पंजाब दी डिलीवरी फ्री डिलीवरी फ्री फ्री दो गावां दी अगे भी दीती है अगे भी दीती है लाओ गावां गलियां डिलीवरी फ्री माशाल्लाह जी क्या बात नहीं है लागे पंजाब च नहीं आउंदा उन भी डिलीवरी फ्री जिंदाबाद गोंदल साहब क्या बात है जी जिंदाबाद माशाल्लाह जी स्वाद आवेगा इंशाल्लाह ताला अल्लाह दे हुक्म नाल स्वाद उसी पूरा इंशाल्लाह जी लियाओ जी गां नंबर 7 लियाओ लो जी गां नंबर आ गई 7 हां जी गोंदल साहब गां नंबर 7 है हुसन दी मलका माशाल्लाह ठीक है मुंह चो हुण दुंदी हो गई है चौक दे दंद लगी जे जिंदाबाद गोंदल साहब माशाल्लाह चौक दा दंद कढ दिए पे चौक दा कढ दी पी है कद वेखणा है कि बच्ची कोल कद कितना नस्ल की तू भाई जान इन्ना दे जे अमेरिकन अमेरिकन जर्सी माशाल्लाह जी क्या बात है फेस क्वालिटी विखानी बच्ची माशाल्लाह जी फेस क्वालिटी फैसल बच्ची भी खिलौन दे ना तू नहीं खिलौन मगर भी बच्ची माशाल्लाह अच्छा बिलाल अजमत भाई जी कल सुबह गा सुई ठीक है जी कल सुबह दी सुई ठीक है अल्लाह दा हुक्म रहा 3 चुवाइयां होईयां अज सुबह दी भी चुवाई होई बच्ची डकी कोनी ना ही हो जियां डकीनियां दोस्तां नूं पता है ठीक है थल्ले भी बच्ची आज दी चुवाई कितना दुध आया तू भाई जान बोली है जी अल्लाह दा हुक्म रहा 20 प्लस बच्ची है जवान बच्ची है नस्ल अच्छी है ठीक है सूरती अच्छी है एक बारी मुंह वहा छड़ी मेरा पुत्र माशाल्लाह जी क्या खान गुल्ला भी बड़ा काम दा माशाल्लाह क्या बात है थल्ले भी बच्ची फ्रीजियन ठीक है एक बारी फेस देखे ना माशाल्लाह नहीं बाकी हुसन दी मलक है माशाल्लाह क्या बात है जिंदाबाद गोंदल साहब अच्छा ते शॉर्ट बात है ना देखे ना इंजे बंदे आग छड़न चौगी लगदी है पई माशाल्लाह जी चौगी हां जी गोंदल साहब अच्छा मुल पता की लाना ये ਮੁੱਲ ਇੰਜ ਲਾਣਾ ਬਾ ਜਿਹੜੇ ਭਰਾ ਨਹੀਂ 7-7 ਮੰਗਦੇ ਅਮਰੀਕਨ ਜਰਸੀ ਦਾ ਜੀ 6-6 ਠੀਕ ਹੈ 5.5-5 ਜੀ ਲੇਕਿਨ ਨਹੀਂ ਅੱਛਾ ਮੁੱਲ ਵੱਛੀ ਦਾ ਸਿਰਫ 4,15,000 ਰੁਪਇਆ 4,15,000 ਜ਼ਿੰਦਾਬਾਦ ਗੋਂਦਲ ਸਾਹਿਬ ਕੀ ਬਾਤ ਹੈ ਅਮਰੀਕਨ ਜਰਸੀ ਦਾ 4,15,000 ਕੋ ਲਾ ਕੇ ਮੈਨੂੰ ਵਿਖਾਵੇ 6-6 ਲੱਖ ਦੀ ਇੰਪੋਰਟ ਹੁੰਦੀ ਵੱਛੀ ਉੱਥੋਂ ਜ਼ਿੰਦਾਬਾਦ ਗੋਂਦਲ ਸਾਹਿਬ ਕੀ ਬਾਤ ਹੈ ਗੱਲਾਂ ਦਾ ਪਤਾ ਕਦ ਹੁਣ ਵੇਖ ਵੱਛੀ ਦਾ ਕਦ ਫਿਰ ਲਿਬਾਸ
माशाल्लाह थान सोना कमरे आना जी साडे सिर तो उत्ते गां कद करे दी इंशाल्लाह अल्लाह दे करम लियाओ जी गां नंबर 8 लियाओ जी ते एक और है जी ए वच्छी जेड़ा बंदा लवे ना जी हैं ठीक है ओन कल्ली दी भी पंजाब दी डिलीवरी फ्री है इस कल्ली दी भी पंजाब दी यकीन जाने प्यारी मेलेडी माशाल्लाह क्या बात है जिंदाबाद लियाओ जी गां नंबर 8 गां नंबर 8 8 आ गई जी माशाल्लाह गां नंबर 8 आ गई की नस्ल इस गां दी 8 नंबर दी भाई जान जी भाई जान ए भी कल सुबह दी सुई है ठीक है बच्ची ठीक है कल सुबह दी सुई है थल्ले भी बच्ची है ठीक है ए भी बोले जे रेडी सुबह दी सुई है माशाल्लाह क्या बात है कल बलाल कल राती 9 बजे मेरे डेरे ते गावा कोई ना ठीक है काफी दोस्त आए ने भाई आए ने उनन पता है जिंदाबाद ठीक है गावा कोई ना ए बच्ची वफा थल्ले मगर भी बच्ची दो माशाल्लाह जी क्या बात है जर्सी ते फ्रीजियन बच्ची या प्योर ठीक है ते थल्ले नाड़ू मुखा ना गिल्ला नाड़ू भी दिसदा पया सुका या गिल्ला नहीं गिल्ला कल सुबह दी सुई 8 बजे ठीक है ठीक माशाल्लाह कितना कुछ बोला अजय 24 घंटे ही हो ना सोया जा बोला कितना कोई तू भाई जान अल्लाह दा हुक्म रिया ते 17-18 लीटर आराम नाल दूध करे दीगा 17-18 लीटर इंशाल्लाह जी अल्लाह दे हुक्म नाल इंशाल्लाह ते प्रिंट वेख ते थन वेख थन सोना लिबास सोना प्रिंट चंगा हां जी गोंदल साहब गां नंबर 8 दी गल सुनाओ भाई जान छोटी जी गल है जी 3,65,000 रुपया 3,65,000 माशाल्लाह जी क्या बात है जिंदाबाद गोंदल साहब क्या बात है जी माशाल्लाह जिंदाबाद स्वाद भी आवे इंशाल्लाह अल्लाह दे कमाल थल्ले वच्छी बड़ी सोहनी माशाल्लाह जी लियाओ जी गां नंबर 9 गां नंबर आ गई 9 गां नंबर 9 माशाल्लाह जी क्या बात पहलन वच्छी चौगी मुंह विचो ठीक है मुंह विचो बच्ची दिया दो चवाइया हुई सिर्फ ठीक है दो चवाइया हो गई देख लेना बच्चा देख लेना मगर की दो मगर बच्चा ठीक है गां दा जरा थन ते नस्ल ते प्रिंट वेखे ना थन सोना लिबास सोना कद चंगा माशाल्लाह जी क्या बात है गोंदल साहब जिंदाबाद पूरे लंगोटे छिके ने बच्चे ए गोंदल साहब तोड़ी मेहनत है अल्लाह दे हुक्म नाल ना इंशाल्लाह भरावां स्वाद है गिल्ला नाड़ू नाल इंशाल्लाह जी अल्लाह दे हुक्म नाल भरावां नु इंशाल्लाह स्वाद आवेदा जी ते मेरियां जेड़ियां गाय मैक है ना ये बौले ठीक है उनां दी बौली बने दी दूध नहीं बनन लगा ए कितना कुछ बौला इस टाइम इस थले कमरिया ना ये बच्ची 20 लीटर प्लस सी 20 लीटर प्लस है ओदे वास्ते कोई काम नहीं ठीक है हां जी खूबसूरती ते नस्ल वेख के माशाल्लाह जी टोर फिर वेखो गानी है हाँ जी गोंदल साहब शॉर्ट बात ये दीदी ठीक है सुनाओ मुल एक इंज का लान लगो ना जी बराग सुन के गोंदल मुल लाया तीन लाख ठीक है 55,000 3,55,000 जी जिंदाबाद गोंदल साहब क्या बात है 3,55,000 भरावां ने मुल भी वेख लेने ने गावां भी वेख लेनिया ने गां नंबर आ गई जी 10 थोड़ी लंबी है क्योंकि 11 जानवर आन जी ते कोई भरा महसूस ना करे इंशाल्लाह स्वाद आवेगा क्योंकि कीमती टाइम काट के भरा वीडियो वेखदे ना इंशाल्लाह जी अल्लाह टाइम सब तो कीमती है लेकिन मैं माजरत नाल आखांगा कि भरा वीडियो जरूर वेखण 11 गावां ने ते 2-2 मिनट भी तकरीबन गांव हाइए ते 22 मिनट दी वीडियो बन जांदी है बिल्कुल बन जांदी है ए गां नहीं चोई है ए पहुंची भी सुधा ही लो जी ए गां नंबर आ गई 10 जी की सवाल आया जी गां नंबर 10 ने दूजन बैड़ी है मगर की दू मगर बच्चा ठीक है मगर बच्चा नस्ल की दू नस्ल 40% फ्रीजियन ठीक है 60% चोलस्तानी ठीक है माशाल्लाह थान सोना लिबास सोना कितना कोई दू ਇਸ ਟਾਈਮ ਬੋਲਾ ਜਿਹੜਾ ਚੋਲ ਹੈ ਸ਼ਾਮ ਦੀ ਸੂਈ ਹੈ ਭਾਈ ਕੱਲ ਸ਼ਾਮ ਦੀ ਸੂਈ ਹੈ ਇਹਨੇ ਮਤਲਬ 24 ਘੰਟੇ ਨਹੀਂ ਹੋਏ 17-18 ਘੰਟੇ ਨੂੰ ਸੋਇਆ ਮੁਕੰਮਲ ਚਵਾਈ ਸੁਬਾ ਦੀ ਹੋਈ ਹੈ ਠੀਕ ਹੈ ਅੱਲਾ ਦੇ ਹੁਕਮ ਨਾਲ ਇਹ ਜਿਸ ਬੱਚੀ ਲਈ ਨਾ ਜੀ ਸਵਾਦ ਆਵੇਗਾ ਇਨਸ਼ਾਅੱਲਾ ਹਾਂ ਇਹ ਪੈਕੇਜ ਹੀ ਕਿਤਨਾ ਕੋਈ ਬੋਲਾ ਦੇ ਥਲੇ ਬੋਲਾ ਦੱਸ ਰੋਣਾ ਭਾਈ ਜਾਨ ਇਸ ਟਾਈਮ ਵੀ 12-13 ਸੇ ਆਰਾਮ ਨਾਲ ਇਸ ਟਾਈਮ ਵੀ 12-13 ਸੇ ਰਹਿ ਦੋ ਹਾਂ ਜੀ ਗੁੰਦਰ ਸਾਹਿਬ ਇਹਦਾ ਮੁੱਲ ਲਾਓ ਜੀ ਮੁੱਲ ਜੀ ਦੇਣ ਵਾਲੀ ਗੱਲ ਅੱਛਾ ਜਾ ਜਾ ਜਿਹੜੇ ਬਰਾਉਨ ਪਸੰਦ ਆਈ ਨਾ ਜੀ ਇਹਦੇ ਛੱਡਣ ਕੋ ਨਹੀਂ ਆਉਣਾ ਅੱਛਾ 2,45,000 ਰੁਪਏ 2,45,000 ਜੀ ਐਦਾ ਜੀ ਮਾਸ਼ਾਅੱਲਾ ਜੀ ਕੀ ਬਾਤ ਹੈ ਗੋਂਦਲ ਸਾਹਿਬ ਜ਼ਿੰਦਾਬਾਦ 2,45,000 2,45,000 ਮਾਸ਼ਾਅੱਲਾ ਜੀ ਕੀ ਬਾਤ ਹੈ ਲੈ ਜਰਸੀ ਤੇ ਚੋਲ ਫਰੀਜ਼ੀਅਨ ਤੇ ਚੋਲਸਤਾਨੀ ਐਸ ਥਣ ਦੀ ਗਾਂ ਠੀਕ ਹੈ ਮੁੱਲ ਵੀ ਵੇਖ ਲੈਣਾ ਤੇ ਗਾਂ ਵੀ ਵੇਖ ਲੈਣੀ ਮੈਂ ਨਾ ਸਵਾਦ ਆਵੇਦਾ ਮਗਰ ਵੱਛਾ ਤੂੰ
मगरवच्छा। ठीक हो गया जी, मगरवच्छा जिंदाबाद गोंदल साहब, क्या बात है माशाल्लाह। आगी यारा गान पर आगी यारा माशाल्लाह जी, क्या बात है। हाँ जी गोंदल साहब, की सवाल आया भाई जान जी? इन खीरे समझना है ता कद वेखना है। ठीक है, दुध ते दंद हुण भी कढ़दी मुंह पट के विखा। अई हुण भी कढ़दी है, हुण भी कढ़दी, खीरी होई ना ये, खीरी होई माशाल्लाह जी, क्या बात है। मुकम्मल ने दुध भी कीता, थान सोना, लिबास सोना, मस्तानी ते फ्रीजियन। अच्छा, ये जिस मैं बुजुर्ग को लई है ना ये, वो ये गल करता ये दुध सफेद चिट्टा ते मजी आ रहे, मजी आ रहे, और जानवर ने गल भी सच्ची निकली है, सच्चा नगो भी सच्चे ही लभदे ने माशाल्लाह। इस बच्ची दा दुध चिट्टा सफेद ये ते मजी आ रहे। ठीक है, थले थाने वेखना काले या सोना काला माशाल्लाह, कद चंगा है। माशाल्लाह बड़ी मेहरबानी, बड़ा मोहब्बत दें, प्यार दें, वीडियो वेख दें, जिन्हा लोगों कमेंट्स अच्छे कीते ने, वीडियो वेखी है, मैं उन्होंने बहुत शुक्र गुजार। ठीक है जी, बिलाल बहुत शुक्रिया, बड़ी मेहरबानी भरा, वीडियो घुट के वेखण, नारे की आवाज आनी चाहिए, ताज दारे खत्मे नबूवत जिंदाबाद पाकिस्तान जिंदाबाद।